हेलो, सत श्री अकाल जी सारिआं नूं। की हाल चाल ने सब दे? उम्मीद करदी हां सब वधिया होंगे, ठीक ठाक होंगे। अज जी हैगा सोमवार, अंकिता स्कूलों आउण वाली आ। मैं तां जोर्डन रेडी आ नहा धो के, ते उहनूं हुण असीं पिक करना है। उहदी बस आउण वाली आ, तां दिखाऊंगी जदों आऊगी स्कूलों। ते अज असीं जाणा आ दीदी के घर। मैं भी सोचा चलो जोर्डन नूं ते अंकिता नूं घुमा लियांदे आ, भी किन्ने दिन हो गया भी उन्हां दे घर नहीं जा होया, क्योंकि वह भी काम ते हुंदे आ। जिद्दण उन्हां नूं छुट्टी हुंदी असीं काम ते होईदा आ, जां मैं काम ते हुंदी आ, भी उहदा करके फिर इक दूजे दे घर जा नहीं हुंदा हैगा। भी अज उह भी वेहले ने, मैं भी वेहली आ। भी सोचा चलो थोड़ा टूर ला के आउंदे आ उन्हां दे घर दा। अज जोर्डन मम्मा मम्मा कहिंदा, मैनूं बहुत वधिया फील हुंदा। असीं आ गए आ बाहर, हुण बस आउण वाली आ, अंकिता दी वेट करदे आ असीं। धुप निकली उह तो थोड़ी थोड़ी ठंडी ठंडी हवा चलती, वधिया लगता। हुण साडी बस आउणी आ, उह पिछों आदे। मैं घर दे मूहरे ना तीन तरह के गुलाब लाए सीगे, तीनों हो गए। इहनूं हैगे पीले रंग बिरंगे फलावर आ, आह जिहड़ा इहनूं रैड कलर दे आ, इह जिहड़ा रैड एंड वाइट आ, आ इत्थे जिहड़े ब्लड रैड आ बहुत ज़्यादा लाल वाले। आ साडे संतरिआं दा बूटा आ। जदों जोर्डन होया सी सेम डे डैडी हुणी घर बूटा लाता सीगा। ये हुण जोर्डन जिन्ना ही पुराना है ना, ये भी 7 महीने पुराना बूटा है ना, है ना। जिद्दां जिद्दां जोर्डन ने वड्डा होना, उदे उदे इस बूटे ने वड्डा होना। किन्ना वधिया लगता। इहदे बाबे ने लाया सी ना, ग्रैंपा ने। उह कहिंदे सी मैं तां अपने पोते होए ते संतरे का बूटा लाना, ताकि मेरा पुत वड्डा होके संतरे खाया करूगा, है ना। और राजे आओ ते डाकिए जांदा, डाक वंडदा। ओ दे अंकिता आ गई, जटन दीदी आ गई पुत। हाँ दे ओदी बात सुनदी। ਹੁਣ ਅਸੀਂ ਲੱਗੇ ਆ। ਹੈਲੋ ਦੀਦੀ, ਲੱਗੀ ਆਉਣ। ਓਕੇ ਹਾਈ ਕਿਊਟੀ, ਹਾਊ ਵਾਜ਼ ਯੂਰ ਸਕੂਲ? ਥੈਂਕ ਯੂ। ਓਕੇ ਕਮ। थैंक यू, बाय। हाय, पड़ गई है। जिन्ने चिर बस नहीं जाती इन्ने इतने खड़ी रहना। डोर ओपन है पुत। 1 hour later। लो जी असि हुण बह गए गड्डी च, असि चले हैं दीदी के जोर्डन सौंग। सत श्री अकाल जी सारिआं नूं। ते अंकिता भी आ नाल ही है। जोर्डन बाबू सौंग गया आ। मैं तुम दिखाती हाँ भी असि किधर दी जाना आ, नेड़े ही है दीदी हुणी रहिंदे। अंकिता आए कर दो सारे ने पुत्ते, तुसी लंच कर लिया? अच्छा जी, इन्हें खाना खा लिया अपना। चलने इधर सारे एरिए च घर बनते हैं। ਇੱਥੇ ਅਸੀਂ ਘਰ ਲਿਆ ਏ ਨਵੇਂ, ਹਲੇ ਜਿੱਦਾਂ ਉਹਨੇ ਬਣਾਉਣੇ ਸ਼ੁਰੂ ਕੀਤੇ ਆ, ਸਾਲ ਕੁ ਹੋ ਗਿਆ। ਕਾਫੀ ਘਰ ਇੱਧਰ ਬਣ ਚੁੱਕੇ ਆ, ਕਈ ਕਈ ਬਣਦੇ ਆ, ਸਾਰਾ ਖਾਲੀ ਏਰੀਏ 'ਚ ਘਰ ਬਣਨੇ ਆ। ਦੀਦੀ ਹੁਣਾਂ ਦਾ ਫੋਨ ਆਇਆ ਸੀ, ਉਹ ਕਹਿੰਦੇ ਤੁਸੀਂ ਹਲੇ ਆਏ ਨਹੀਂ, ਤੁਰੇ ਨਹੀਂ। ਇੱਧਰ ਚੱਲਦੇ ਆ, ਉੱਧਰ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਣਾ ਆ, ਕੇਵਲੇ ਰਾਹ ਬੰਦ ਹੁੰਦਾ ਆ। ਸੋ ਅਸੀਂ ਘਰਾਂ ਵਿੱਚ ਹੀ ਜਾਊਂਗੇ। ਇੱਧਰ ਆ ਵੱਡੇ ਬੱਚਿਆਂ ਦਾ ਸਕੂਲ ਆ, ਹਾਈ ਸਕੂਲ। ਨਿਆਣੇ ਚਲ ਗਏ ਆ ਘਰਾਂ ਨੂੰ, ਇਸ ਕਰਕੇ ਇੰਨਾ ਬਿਜ਼ੀ ਨਹੀਂ।
ਸਾਡੇ ਘਰ ਦੇ ਨਾਲ ਹੀ ਏਰੀਆ ਲੱਗਦਾ ਆ ਇਹ ਪੁਰਾਣੇ ਘਰ ਆ ਪਰ ਕਾਫੀ ਸੋਹਣੇ ਆ ਤੇ ਤਿੰਨ ਤਿੰਨ ਕਾਰ ਗਰਾਜ ਆ ਵਧੀਆ ਲੱਗਦੇ ਦੇਖਣ ਨੂੰ ਪਲੇਗਰਾਉਂਡ ਆ ਉਹਨਾਂ ਦੀ ਬਣੀ ਇੱਥੇ ਖੇਡਦੇ ਹੁੰਦੇ ਛੁੱਟੀ ਵੇਲੇ ਅੰਕਿਤਾ ਆਰ ਯੂ ਐਕਸਾਈਟਡ ਗੋਇੰਗ ਟੂ ਦਿੱਤੀ ਹਾਊਸ ਓਕੇ ਛੇਛੇ ਤੇ ਗੱਡੀ 'ਚ ਬਹਿ ਗਈ ਜਦੋਂ ਮੈਨੂੰ ਕਿਹਾ ਸੀ ਦਿੱਤੀ ਕਿ ਜਾਣਾ ਆ ਤਾਂ ਛੇਛੇ ਤਿਆਰ ਹੋ ਗਈ ਕਾਫੀ ਵੱਡੇ ਵੱਡੇ ਘਰ ਆ ਇੱਥੇ ਵਧੀਆ ਲੱਗਦੇ ਆ ਏਰੀਆ ਵੀ ਕਾਫੀ ਸੋਹਣਾ ਆ ਸ਼ਾਂਤ ਆ ਕੁਆਇਟ ਆ ਇੰਨਾ ਰੌਲਾ ਰੱਪਾ ਨਹੀਂ ਹੈਗਾ ਇਧਰਲੇ ਪਾਸੇ ਵੀ ਘਰ ਬਣਦੇ ਆ ਜਿੱਥੇ ਦੀਦੀ ਹੁਣੀ ਰਹਿੰਦੇ ਆ ਆ ਸਾਰੇ ਮਾਡਲ ਹਾਊਸ ਆ ਜਿਹੜੇ ਘਰ ਬਣਦੇ ਆ ਨਾ ਇਹਨਾਂ ਦੇ ਮਾਡਲ ਹਾਊਸ ਲਾਏ ਆ ਜਿੱਦਾਂ ਤੁਸੀਂ ਘਰ ਪਸੰਦ ਕਰਦੇ ਆ ਇੱਥੇ ਦੇਖ ਕੇ ਲੈ ਸਕਦੇ ਆ ਅੰਦਰ ਬਹੁਤ ਸੋਹਣੇ ਸੋਹਣੇ ਸਜਾਏ ਹੁੰਦੇ ਆ ਅਸੀਂ ਆਲਮੋਸਟ ਪਹੁੰਚ ਗਏ ਦੀਦੀ ਦੇ ਘਰ ਮਿਲਦੇ ਆ ਫਿਰ ਉਹਨਾਂ ਨਾਲ ਪਹੁੰਚ ਗਏ ਆਹ ਜਿਹੜਾ ਗ੍ਰੇ ਕਲਰ ਦਾ ਘਰ ਆ ਨਾ ਆਹ ਮੇਰੀ ਦੀਦੀ ਦਾ ਘਰ ਆ ਗੱਡੀ ਖੜੀ ਹੈ ਮੁਰੇ ਆ ਦੀਦੀ ਹੁਣ ਤਾਂ ਘਰ ਆ ਹੁਣ ਮੈਂ ਗੱਡੀ ਪਾਰਕ ਲਾ ਲਵਾਂ ਗੱਡੀ ਅਸੀਂ ਪਾਰਕ ਲਾ ਲਈ ਆ ਹੁਣ ਅਸੀਂ ਅੰਦਰ ਜਾਂਦੇ ਹਾਂ ਅੰਕਿਤ ਤਾਂ ਡੋਰ ਬੈਲ ਬਚਾਓ ਤੁਸੀਂ ਜਾ ਕੇ ਅੰਦਰ ਓਕੇ ਫਰੰਟ ਤੇ ਜਾ ਕੇ ਮੈਂ ਚੱਕਿਆ ਜੋਰਡਨ ਨੂੰ ਹਾਂ ਮੈਂ ਲੱਗੀ ਲਿਆਉਣ ਦੀਦੀ ਹੁਣਾਂ ਦਾ ਫੋਨ ਆਉਂਦਾ ਅਸੀਂ ਨਾਲ ਹੀ ਬੈਲ ਵਜਾਤੀ ਹੈਲੋ ਹਾਈ ਦੀਪਤੀ ਜੋੜਾ ਨਹੀਂ ਸੀ ਘਰ ਛੱਡ ਜਾਂਦਾ ਹਾਈ ਅਚਲੀ ਹਾਈ ਦੀਪੇ ਜੁੱਤਾ ਬਲੈਂਕਟ ਦੇ ਦੋ ਤੇ ਮਾਮਾ ਜੀ ਮਾਮਾ ਜੀ ਕੰਮ ਤੇ ਬੁੱਤ ਮਾਮੀ ਜੀ ਸੌਰੀ ਦੈਟ ਆਈ ਫੋਲ ਐਕਚੁਅਲੀ ਓ ਨੋ ਯੂ ਡਿਡਨਟ ਯੂ ਆਰ ਫਾਈਨ ਇਟ ਵਾਸ ਨਾਟ ਯੂਰ ਮਿਸਟੇਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਦੇ ਕਦੇ ਕੈਨਸਲ ਨਾ ਹੋ ਗਈ ਹੋਵੇ ਆ ਚਲੋ ਜੀ ਅਸੀਂ ਅੰਦਰ ਆ ਗਏ ਆ ਹੈਲੋ ਕਿੱਦਾਂ ਜੀ ਦੀ ਕਿੱਦਾਂ ਕਿੱਦਾਂ ਸਤਿ ਸ੍ਰੀ ਅਕਾਲ ਜੀ ਜੋਰਡਨ ਕਿੱਦਾਂ ਪਿਆ ਜੋਰਡਨ ਸੌਂਗ ਸਤਿ ਸ੍ਰੀ ਅਕਾਲ ਮਾਸਟਰ ਜੀ ਸਤਿ ਸ੍ਰੀ ਅਕਾਲ ਭਾਜੀ ਮਾਸੀ ਜੀ ਉਹਨਾਂ ਨੂੰ ਹਾਏ ਕਿੱਦਾਂ ਮਾਸੀ ਜੀ ਬਸ ਵਧੀਆ ਠੀਕ ਠਾਕ ਆ ਕਿੱਦਾਂ ਹੋਰ ਹੋਰ ਸਿਹਤ ਕਿੱਦਾਂ ਬਸ ਵਧੀਆ ਸਿਹਤ ਠੀਕ ਠਾਕ ਆ ਹਾਂਜੀ ਸਭ ਠੀਕ ਆ ਇਹ ਕੰਮ ਤੇ ਗਏ ਆ ਮੈਂ ਨਹੀਂ ਕੰਮ ਤੇ ਉਹ ਕਹਿੰਦੇ ਤੂੰ ਮੁੰਡਾ ਸਾਂਭ ਕੰਮ ਨਹੀਂ ਕਰਨਾ ਹੈਗਾ ਹਾਂਜੀ ਮੰਮੀ ਡੈਡੀ ਠੀਕ ਹੈ ਵਧੀਆ ਨਹੀਂ ਆਏ ਨਹੀਂ ਸੀ ਅਸੀਂ ਗਏ ਸੀਗੇ ਪਿਛਲੇ ਹਫਤੇ ਠੀਕ ਠਾਕ ਹੈ ਵਧੀਆ ਹਾਂਜੀ ਸਭ ਠੀਕ ਹੈ ਤੁਸੀਂ ਸੁਣਾਓ ਪੂਨਮ ਹੁਣੀ ਠੀਕ ਹੈ ਪੂਨਮ ਠੀਕ ਹੈ ਸਾਰੇ ਠੀਕ ਹੈ ਅੱਛਾ ਜੀ ਥੋੜਾ ਸੋਹਰਾ ਬਿਮਾਰ ਹੋਇਆ ਸੱਸ ਵੀ ਘਰ ਬਿਮਾਰ ਸੀ ਅੱਛਾ ਖਾਣਾ ਪੀਣਾ ਹੋਇਆ ਨਾ ਚੇਂਜ ਫਿਰ ਹਾਂਜੀ ਹਾਂਜੀ ਇਹ ਤਾਂ ਹੈ ਥੈਂਕ ਯੂ ਦੀਦੀ ਤੁਸੀਂ ਬਹਿ ਜਾਓ ਸਾਡੇ ਕੋਲ ਬੈਠ ਕੇ ਗੱਲਾਂ ਕਰਦੇ ਆ ਓ
ਮੈਨੂੰ ਨਾ ਮਾਸੀ ਜੀ ਹੁਣੀ ਜਦੋਂ ਪਿਛਲੀ ਵਾਰ ਘਰ ਆਏ ਸੀ ਨਾ ਮੈਨੂੰ ਕਹਿੰਦੇ ਵੀ ਰਾਣੋ ਮੈਂ ਮਸਾਜ ਬਹੁਤ ਵਧੀਆ ਕਰਦੀ ਨਿਆਣਿਆਂ ਦੀ ਤੇ ਮੈਨੂੰ ਫਿਰ ਵਧੀਆ ਫੀਲ ਹੋਇਆ ਮੈਂ ਕਿਹਾ ਵੀ ਚਲੋ ਇੱਕ ਵਾਰ ਟਰਾਈ ਕਰ ਲੈਂਦੇ ਹਾਂ ਵੀ ਮਾਸੀ ਜੀ ਹੁਣੀ ਕਹਿੰਦੇ ਸੀ ਵੀ ਅੱਜ ਅਸੀਂ ਵਿਹਲੇ ਹਾਂ ਵੀ ਤੁਸੀਂ ਮਸਾਜ ਕਰਵਾਉਣ ਆਉਣਾ ਤੇ ਆ ਜਾਓ ਤੇ ਦੀਦੀ ਹੁਣਾਂ ਨੂੰ ਵੀ ਛੁੱਟੀ ਸੀ ਕਿ ਚਲੋ ਨਾਲੇ ਨਿਆਣੇ ਇੱਕ ਦੂਜੇ ਨਾਲ ਖੇਡ ਲੋਗੇ ਨਾਲੇ ਟਾਈਮ ਸਪੈਂਡ ਹੋ ਜਾਊਗਾ ਪਰ ਜਿਹਦੀ ਮਸਾਜ ਹੋਣੀ ਆ ਉਹ ਬਾਊ ਜੀ ਸੌਂ ਗਏ ਆ ਉਹ ਸੁੱਤੇ ਪਏ ਆ ਉਹ ਗੱਡੀ 'ਚ ਸੌਂ ਗਏ ਆ ਤੇ ਉਸ ਤੋਂ ਬਾਅਦ ਇਹਨਾਂ ਚਾਹ ਪਾਣੀ ਦੇਵਾਂਗੇ ਹਾਂ ਨਹੀਂ ਜਿੰਨਾ ਚਿਰ ਸੁੱਤਾ ਫਿਰ ਚਾਹ ਪਾਣੀ ਪੀ ਕੇ ਬਾਕੀ ਸੁਣਿਆ ਵੀ ਘਰੇ ਸੀ ਕਰਕੇ ਇਸ ਕਰਕੇ ਵੀ ਅਸੀਂ ਫਿਰ ਇਹਨਾਂ ਨੂੰ ਬੁਲਾਇਆ ਹਾਂਜੀ ਸਾਰੇ ਇਕੱਠੇ ਕੋ ਬੰਦੇ ਆ ਮਿਲਾ ਬੰਦ ਕਰਦੇ ਆ ਹਾਂਜੀ ਹਾਂਜੀ ਚਲੋ ਅਸੀਂ ਕਾ ਬਹਾਨੇ ਨਾਲ ਨਾਲੇ ਘੁੰਮ ਆਂਦੇ ਮਿਲੇ ਆਂਦੇ ਆ ਤੇ ਨਾਲੇ ਚਲੋ ਜਾ ਆਉਂਦੇ ਆ ਦੇਖੋ ਦੀਦੀ ਹੁਣੀ ਚਾਹ ਚ ਕੀ ਕੀ ਬਣਾਇਆ ਸਮੋਸੇ ਫਰਾਈਆਂ ਆ ਡਰਾਈ ਫਰੂਟਸ ਰੱਖੇ ਆ ਕੁਕੀਜ਼ ਆ ਚਾਹ ਵੀ ਬੜੀ ਸਵਾਦ ਲੱਗਦੀ ਦੇਖਣ ਨੂੰ ਹੁਣ ਸ਼ੁਰੂ ਕਰਦੇ ਆ ਅਸੀਂ ਚਾਹ ਪੀਣੀ ਆ ਦੀਦੀ ਹੁਣੀ ਹੁਣ ਸਰਵ ਕਰਦੇ ਆ ਸਾਨੂੰ ਸਾਰਿਆਂ ਨੂੰ ਆ ਜੋਰਡਨ ਉੱਠ ਗਿਆ ਆ ਹੁਣ ਆਪਣੀ ਭੂਆ ਨਾਲ ਖੇਡਦਾ ਆ ਦੇ ਸੇ ਹੈਲੋ ਹੈਲੋ ਜੋਰਡਨ ਬੂਬੂ ਤੁਸੀਂ ਭੂਈ ਨਾਲ ਪਲੇ ਕਰਦੇ ਆ ਗੰਦਾ ਕਰ ਲਿਆ ਹਾਂਜੀ ਤੁਸੀਂ ਮਸਾਜ ਲਈ ਰੈਡੀ ਆ ਸੇ ਹੈਲੋ ਹੈਲੋ ਹਾਈ एवरीवन ਮਾਲਿਸ਼ ਕਰਦੀ ਆ ਮੁੱਤੇ ਦੀ ਗੰਦਾ ਪੁੱਤੂ ਬਾਹਰ ਕਰ ਦੋ ਬਾਹਰ ਕਿੱਦਾਂ ਕਰਦੇ ਹੁੰਦੇ ਆ ਜੋਰਡਨ ਨੇ ਫਰਾਈ ਖਾਣੀ ਆ ਫਰਾਈਆਂ ਖਾਣੀ ਆ ਜੋਰਡਨ ਨੇ ਅਸੀਂ ਹੁਣ ਚਾਹ ਪੀ ਲਈਏ ਚਾਹ ਪੀ ਕੇ ਫਿਰ ਕਰਦੇ ਆ ਅਗਲੀ ਗੱਲਬਾਤ ਅੱਜ ਜੋਰਡਨ ਨੇ ਨਾ ਮੰਮਾ ਕਹਿਣਾ ਸਿੱਖਿਆ ਮੰਮਾ ਮੰਮਾ ਕਰਦਾ ਸਵੇਰ ਦਾ ਹੈ ਨਾ ਜੋਰਡਨ ਹਾਂਜੀ ਉਹ ਕਹਿੰਦਾ ਮੈਨੂੰ ਫਰਾਈਆਂ ਦੇ ਦਿਓ ਹਾਂਜੀ ਜੀ ਹੁਣ ਮੈਂ ਲੱਗੀ ਹਾਂ ਲਾਉਣ ਜੋਰਡਨ ਦੇ ਕੱਪੜੇ ਉਹਨੂੰ ਮਾਲਿਸ਼ ਲਈ ਤਿਆਰ ਕਰੀਏ ਜੋਰਡਨ ਮੇਰੇ ਪੁੱਤ ਦੀ ਮਸਾਜ ਕਰਦੀ ਹੈ ਚਲੋ ਜੀ ਬੈਠੋ ਓ ਬੱਲੇ 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 ਹਾਂ ਬਹਿ ਜਾ ਬਹਿ ਜਾ ਹਾਂਜੀ ਬਹਿ ਜਾਂਦਾ ਚਲੋ ਜੀ ਚਲੋ ਜੀ ਕਹਿੰਦਾ ਮੈਂ ਨਹੀਂ ਲਾਉਣੇ ਕੱਪੜੇ ਕਾਤੀ ਨਹੀਂ ਲੈਣੇ ਤੁਸੀਂ ਨਹੀਂ ਨਹੀਂ ਮਾਲਿਸ਼ ਕਰਨੀ ਆ ਮਾਲਿਸ਼ ਤੋਂ ਬਾਅਦ ਲਾਉਂਗੇ ਇਹਨੂੰ ਚਲੋ ਜੀ ਹਾਂਜੀ ਜੀ ਸਾਡਾ ਮੁੰਡਾ ਤਿਆਰ ਆ ਮਾਲਿਸ਼ ਦੇ ਲਈ ਇਹਦਾ ਨੱਪ ਕਿੱਥੇ ਐਸ਼ਲੀ ਲੱਗੀ ਆ ਲਾਡੀਆਂ ਲੈਣ ਮਾਸੀ ਜੀ ਲੱਗੇ ਆ ਦੇਖੋ ਤਿਆਰੀ ਕਰ ਮਸਾਜ ਕਰਨ ਲੱਗੇ ਆ ਜੋਰਡਨ ਦੇ ਵੀ ਇਹ ਵਧੀਆ ਹੋ ਜਾਊਗਾ ਤਾਂ ਦੰਦਾਂਸ ਹੋ ਜਾਊਗਾ ਨਾ ਲੱਗੇ ਜਾ ਹੈ ਜੋਰਡਨ ਨਾਲੇ ਕਹਿੰਦੇ ਹੁੰਦੇ ਆ ਨਾ ਲੱਤਾਂ ਦੀ ਮਸਾਜ ਕਰੋ ਤਾਂ ਨਿਆਣੇ ਦੀਆਂ ਲੱਤਾਂ ਮਜ਼ਬੂਤ ਹੁੰਦੀਆਂ ਨਾ ਫਿਰ ਤੁਰਨ ਛੇਤੀ ਲੱਗ ਪੈਂਦਾ ਨਾ ਲੱਤਾਂ ਮੈਂ ਵੀ ਕਰਨਾ ਤੁਹਾਡੇ ਬਾਅਦ ਚ ਕਰਦੇ ਆ ਅਸੀਂ ਤੁਹਾਡੇ ਕਹਿੰਦੇ ਬਾਅਦ ਚ ਪਹਿਲਾਂ ਜੋਰਡਨ ਦੇ ਕਰਦੇ ਆ ਐਸ਼ਲੀ ਕਹਿੰਦੀ ਮੇਰੇ ਵੀ ਮਾਲਿਸ਼ ਕਰੋ ਜੋਰਡਨ ਦੇਖ ਤਾਂ ਕਿੱਦਾਂ ਪਰ ਪਿਆਸ ਇਹ ਵੀ ਮਾਲਿਸ਼ ਕਰਾ ਕੇ ਬਹੁਤ ਖੁਸ਼ ਆ ਇਹਨੂੰ ਕਿੰਨੇ ਚਿਰ ਬਾਅਦ ਨਲਾਉਣਾ ਚਾਹੀਦਾ ਮਾਸੀ ਦੋ ਘੰਟੇ ਬਾਅਦ ਦੋ ਘੰਟੇ ਬਾਅਦ ਉਹ ਚੁੱਪ ਕਰਕੇ ਲੱਗਾ ਕਰਾਉਣ ਮਸਾਜ ਕਰਾ ਰਿਹਾ ਹੱਸਦਾ ਆ ਨਿੰਬੂ ਚ ਹੱਥ ਪਾਇਆ ਐਚੀ ਵੀ ਕਰਦੀ ਮਸਾਜ ਕਿੰਨੀ ਸੋਹਣੀ ਮਸਾਜ ਕਰਾਉਣਾ ਤਾਕਤ ਆ ਰਹੀ ਜੋਰਡਨ ਜੀ ਨਾ ਤੂੰ ਗ੍ਰਾਮਾ ਤੇ ਲੱਤਾਂ ਮਾਰਦਾ ਆ ਲੱਤਾਂ ਮਾਰ ਮੇਰੇ ਸਾਰੇ ਬੱਚੇ ਕਰਾਣਗੇ ਤੈਨੂੰ ਦੇਖ ਕੇ ਬਾਬਾ 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 ਚਲੋ ਜੀ ਹੁਣ ਜੋਰਡਨ ਪੈ ਗਿਆ ਮੁੱਦਾ ਹੋ ਗਿਆ ਜੀ ਮਾਲਿਸ਼ ਕਰਾਉਂਦੇ ਆ ਜੋਰਡਨ ਓਏ ਨਹੀਂ 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 ਕੱਪੜੇ ਨਹੀਂ ਖਾਣੇ ਜੋਰਡਨ ਓਏ ਕੱਪੜੇ ਨਹੀਂ ਖਾਣੇ ਦੀ ਜੀ ਹਾਂ ਜੀ ਉੱਠਣ ਦੀ ਕੋਸ਼ਿਸ਼ ਜਾਰੀ ਆ ਹਾਂ ਕਹਿੰਦਾ ਮੈਨੂੰ ਸਿੱਧਾ ਕਰ ਦੋ
जब मैं घर होंगी मैं भी ये सर दी थोड़ी मसाज कर दिंदी हां हां ਸੋਣ ਲੱਗ ਗਿਆ ਰਾਮਦਾਨ ਨੂੰ ਕਰ ਮੈਂ ਗਾਲਾਂ ਕੱਢੀ ਜਾਂਦਾ ਕਹਿੰਦਾ ਹੋਣਾ ਮੇਰੀ ਮਸਾਜ ਕਿਉਂ ਇੱਦਾਂ ਕਰਦੇ ਆ ਬਸ ਬੱਚੇ ਬਸ ਬਸ ਜੋਰਡਨ ਬਸ ਬੱਚਿਆ ਓਕੇ ਜੀ ਹਾਂਜੀ ਆ ਬੱਚ ਗਈਏ ਬਸ ਬਸ ਲੈ बस जड़ी चीज होंगी है ना मुंह च पानी में हाँ करवा के हम सौंगा थोड़ा चर थैंक यू मासी जी ओके तुसी बहुत वधिया मसाज की जॉर्डन दी खत्म कर दे थैंक यू साडी वीडियोस वाच करन दे लई प्लीज साडी वीडियो नू लाइक करो शेयर करो ते सबसक्राइब करना बिलकुल ना भूलो ओके जी सत श्री अकाल बाय 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 बाय। Bye.